हाँ जी दोस्तों, किदा सारे, उम्मीद है बिल्कुल ठीक ठाक होवोंगे। सारे दोस्तों नूं प्यार भरी सत श्री अकाल। मैं तरसेम सिंह लौंगोवाल, कैमरामैन तरसेम सिंह धूरी, तुहाडा स्वागत करदे हाँ तुहाडे अपने यूट्यूब चैनल ते। जिहड़े किसान भरावां ने चैनल नूं सबसक्राइब नहीं किया, पहलां तां सबसक्राइब करो, घंटी वाला बटन जरूर दबो। अज की वीडियो तुहाडे लई बहुत खास होण वाली है। जिहड़े किसान भरा चूजियां दा कम करना चाहुंदे हन, चूचे पालना चाहुंदे हन, उन्हां लई इह वीडियो बहुत महत्वपूर्ण होवेगी, बहुत खास होवेगी। जिहड़े किसान भरा चूचे खरीदना चाहुंदे हन उह खरीद भी सकदे हन। चूजियां दी जानकारी देण दे लई असीं अज स्पैशल तौर पर पहुँचे होए हां बैनीपाल पोल्ट्री फार्म दे विच, जो कि घग्गा जिला पटियाले दे विच इह फार्म है। बहुत छोटा जिहा फार्म हैगा, पर इस छोटे जिहे फार्म तों वी वीर अपना धंधा चला रहा, कमाई है जिहड़ी उह कर रहा, बहुत कमाई कर रहा। ते आपां तुहानूं चूजियां बारे जानकारी देण दे लई ਬਾਈ ਦੇ ਨਾਲ ਗੱਲਬਾਤ ਕਰਵਾਉਂਦੇ ਹਾਂ। ਆਓ ਵੀਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਲਵਿੰਦਰ ਸਿੰਘ ਬਾਈ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਯੂਟਿਊਬ ਚੈਨਲ ਦੇ ਉੱਪਰ। ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ, ਅਤੇ ਤੁਸੀਂ ਦੂਜੀ ਵਾਰ ਸਾਡੇ ਫਾਰਮ ਦੇ ਪਹੁੰਚੇ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ। ਹਾਂਜੀ ਬਾਈ ਜੀ, ਆਪਾਂ ਜੇ ਗੱਲ ਕਰੀਏ, ਆਪਾਂ ਪਹਿਲਾਂ ਵੀ ਤੁਹਾਡੀ ਵੀਡੀਓ ਪਾ ਚੁੱਕੇ ਹਾਂਗੇ, ਪਹਿਲਾਂ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾਗਾ? ਵੀਰ ਜੀ ਪਹਿਲਾਂ ਵੀਡੀਓ ਪਾਉਣ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਜੀ, ਵਧੀਆ ਆਮਦਨ ਹੋਈ ਹੈ ਜੀ, ਵਧੀਆ ਕੰਮ ਵਧੀਆ ਚੱਲਿਆ ਜੀ, ਬਹੁਤ ਵਧੀਆ ਰਿਸਪੋਂਸ ਮਿਲਿਆ ਜੀ ਸਾਨੂੰ ਪਹਿਲਾਂ। ਅਤੇ ਬਾਕੀ ਐਂ ਵੀ ਵੀਡੀਓ ਤੋਂ ਬਾਅਦ ਸਾਡਾ ਵਧੀਆ ਕੰਮ ਚੱਲਿਆ ਜੀ ਉਦੋਂ ਬਾਅਦ। ਹਾਂਜੀ ਠੀਕ ਹੈ ਬਾਈ ਜੀ, ਅੱਜ ਆਪਾਂ ਤੁਹਾਡੇ ਪਾਸੋਂ ਜਾਣਕਾਰੀ ਹੈ ਜਿਹੜੀ ਉਹ ਲੈਣੀ ਹੈ, ਕਿਉਂਕਿ ਸਾਡੇ ਕਿਸਾਨ ਵੀਰ ਨੇ ਜਿਹੜੇ ਨਵੇਂ ਨੌਜਵਾਨ ਪੋਲਟਰੀ ਫਾਰਮ ਕਰਨਾ ਚਾਹੁੰਦੇ ਨੇ, ਉਹ ਚੂਜਿਆਂ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ। ਪਹਿਲਾਂ ਇਹ ਦੱਸੋ, ਆਪਾਂ ਚੂਜਿਆਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ? ਜਦੋਂ ਆਪਾਂ ਚੂਜਾ ਲਿਆਉਣਾ ਉਹਨੂੰ ਕੀ ਦੇਣਾ ਚਾਹੀਦਾ ਗਾ? ਜਿਵੇਂ ਆਪਾਂ ਦੇਖਿਆ ਕਿ ਤੁਸੀਂ ਨਵੇਂ ਚੂਜੇ ਲਿਆਉਂਦੇ ਸੀਗੇ ਇੱਥੇ, ਠੀਕ ਹੈ, ਪਹਿਲਾਂ ਦੱਸੋ ਵੀ ਕਿੰਨੇ ਦਿਨ ਦਾ ਚੂਜਾ ਇਹ? ਇਹ ਅੱਜ ਇੱਕ ਦਿਨ ਦਾ ਚੂਜਾ ਜੀ, ਅੱਜ ਲੈ ਕੇ ਆਏਗੇ ਚੂਜਾ ਇਹ। ਅਤੇ ਉਦੋਂ ਬਾਅਦ ਜੀ ਹੁਣ ਇਹਨਾਂ ਨੂੰ ਗੁੜ ਵਾਲਾ ਪਾਣੀ ਦੇਵਾਂਗੇ ਪਹਿਲਾਂ ਤਾਂ ਜੀ, ਉਦੋਂ ਬਾਅਦ ਫਿਰ ਕੱਲ੍ਹ ਨੂੰ ਜੀ ਇਹਨੂੰ ਲੀਵਰ ਟੋਨਿਕ ਐਂਟੀਬਾਇਓਟਿਕ ਜੀ ਇਹ ਸ਼ੁਰੂ ਕਰਾਂਗੇ ਜੀ। ਅਤੇ ਅੱਜ ਤੋਂ 7ਵੇਂ ਦਿਨ ਇਹਨਾਂ ਦੀ ਫਿਰ ਵੈਕਸੀਨੇਸ਼ਨ ਹੋਏਗੀ ਜੀ ਲਸੋਟੇ ਦੀ, ਫਿਰ 14ਵੇਂ ਦਿਨ ਗੰਬਾਰੋ ਹੋਏਗੀ ਜੀ। ਅਤੇ ਉਦੋਂ ਬਾਅਦ ਜੀ ਫਿਰ ਇਹਦਾ ਇੱਕ ਤਾਂ ਚਾਹੇ ਗਰਮੀ ਹੈ ਜੀ ਚਾਹੇ ਸਰਦੀ ਆ, ਇਹਦਾ ਟੈਂਪਰੇਚਰ ਜੀ ਬਰਾਬਰ ਰੱਖਣਾ ਚਾਹੀਦਾ ਜੀ, ਨਾ ਵਧਣਾ ਚਾਹੀਦਾ ਨਾ ਜ਼ਿਆਦਾ ਘਟਣਾ ਚਾਹੀਦਾ ਜੀ, ਅਤੇ ਬੱਚੇ ਦੀ ਉਹਦੇ ਨਾਲ ਗਰੋਥ ਵਧੀਆ ਰਹਿੰਦੀ ਹੈ ਜੀ। ਅਤੇ ਆਪਾਂ ਬਾਈ ਜੀ ਗੱਲ ਕਰੀਏ, ਆਪਣੇ ਇੱਥੇ ਇੰਨੇ ਕੁ ਥਾਂ ਦੇ ਵਿੱਚ ਕਿੰਨੇ ਕੁ ਚੂਜੇ ਨੇਗੇ ਇਸ ਸਮੇਂ? ਇਸ ਟਾਈਮ 700 ਚੂਜਾ ਜੀ ਸਾਡੇ ਲਵੇ। ਹਾਂਜੀ 1000 ਚੂਜਾ ਅਸੀਂ ਨੇ ਸੇਲ ਕਰ ਦਿੱਤਾ ਇਹਦੇ ਵਿੱਚੋਂ, ਅਤੇ ਵਨਡੇ ਦੀ ਕੋਈ ਲੈ ਗਿਆ ਸੀਗਾ, ਅਤੇ ਹੁਣ ਇਹਦੇ ਵਿੱਚ 700 ਚੂਜਾ ਜੀ ਇਹਦੇ ਵਿੱਚ। ਜਿਹੜੇ ਸਾਡੇ ਨਵੇਂ ਨੌਜਵਾਨ ਵੀਰ ਨੇਗੇ ਉਹ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਨੇਗੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ? ਨਹੀਂ ਸਾਂਭ ਸੰਭਾਲ ਇਹਦੀ ਕੋਈ ਜ਼ਿਆਦਾ ਨਹੀਂ ਹੈਗੀ ਜੀ, ਅਤੇ ਪਹਿਲੇ 2 ਜਾਂ 3 ਦਿਨਾਂ ਇਹਦੀ ਕੇਅਰ ਕਰਨੀ ਪੈਂਦੀ ਹੈ ਜ਼ਿਆਦਾ। ਟੈਂਪਰੇਚਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਟੈਂਪਰੇਚਰ ਬਰਾਬਰ ਰੱਖਿਆ ਜਾਵੇ, ਅਤੇ ਬਾਕੀ ਇਹਨਾਂ ਨੂੰ ਮੈਡੀਸਨ ਸਹੀ ਟਾਈਮ 'ਤੇ ਦੇਈ ਜਾਵੇ, ਵੈਕਸੀਨ ਸਹੀ ਟਾਈਮ 'ਤੇ ਹੋਵੇ, ਇਹੀ ਇਹਦਾ ਉਹ ਜੀ। ਨਹੀਂ ਇਹਦੀ ਕੋਈ ਹੋਰ ਜ਼ਿਆਦਾ ਕੋਈ ਕੇਅਰ ਨਹੀਂ ਹੈਗੀ ਇਹਨਾਂ ਦੀ। ਰਾਤ ਨੂੰ ਕਿੰਨਾ ਕੁ ਟੈਂਪਰੇਚਰ ਆਪਾਂ ਰੱਖ ਦਿਆਂਗੇ ਫਿਰ ਇਹਦੇ ਵਿੱਚ? ਰਾਤ ਨੂੰ ਇਹਦੇ ਵਿੱਚ ਜੀ ਘੱਟੋ ਘੱਟ ਜੀ 32 ਤੋਂ 33 ਟੈਂਪਰੇਚਰ ਦਾ ਚਾਹੀਦਾ ਜੀ। ਹਾਂਜੀ, ਕਿਉਂਕਿ ਜਦੋਂ ਥੱਲੇ ਟੈਂਪਰੇਚਰ ਆਉਂਦਾ ਜੀ, ਦਿਨੇ ਟੈਂਪਰੇਚਰ ਇਹਦਾ ਵੱਧ ਜਾਂਦਾ ਗਾ, ਰਾਤ ਨੂੰ ਇਹਦਾ ਟੈਂਪਰੇਚਰ ਡਾਊਨ ਆ ਜਾਂਦਾ ਜੀ। ਇਹ ਇਕੱਠੇ ਵੀ ਹੁੰਦੇ ਨੇ ਜੀ, ਇਕੱਠੇ ਹੋ ਕੇ ਮਰ ਵੀ ਜਾਂਦੇ ਨੇ, ਅਤੇ ਜਿੰਨਾ ਇਹਦਾ ਟੈਂਪਰੇਚਰ ਵਧੀਆ ਹੋਊਗਾ, ਬੱਚਾ ਭੱਜਿਆ ਫਿਰੂਗਾ, ਉਹਨਾਂ ਤੰਦਰੁਸਤ ਰਹੂਗਾ ਅਤੇ ਗਰੋਥ ਵਧੀਆ ਕਰੂਗਾ ਜੀ। ਆਪਾਂ ਤੁਹਾਡੇ ਫਾਰਮ ਦੀ ਹੀ ਗੱਲ ਕਰੀਏ, ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਕਾਰੋਬਾਰ ਚੂਜਿਆਂ ਸੰਬੰਧੀ? ਕਾਰੋਬਾਰ ਵਧੀਆ ਜੀ, ਚੂਜੇ ਵੀ ਨੇ ਆਪਣੇ ਲਵੇ, ਵੱਡੀਆਂ ਮੁਰਗੀਆਂ ਵੀ ਨੇਗੀਆਂ, ਕੜਕਨਾਥ ਵੀ ਨੇ, RIR ਵੀ ਨੇ, ਅਤੇ ਆਪਾਂ ਨਾਲ ਫੀਡ ਦਾ ਵੀ ਕੰਮ ਕਰ ਦਿਆਂਗੇ ਜੇ ਤੁਹਾਨੂੰ ਫੀਡ ਵੀ ਚਾਹੀਦੀ ਹੋਵੇ। ਅਤੇ ਕਾਰੋਬਾਰ ਵਧੀਆ ਜੀ, ਅਤੇ ਛੋਟਾ ਜਿਹਾ ਸਾਡਾ ਫਾਰਮ ਆ ਜੀ, ਅਤੇ ਆਮਦਨ ਵਧੀਆ ਜੀ। ਹਾਂਜੀ ਬੈਨੀਪਾਲ ਸਾਹਿਬ, ਅਤੇ ਇਹਦੀ ਖਾਦ ਖੁਰਾਕ ਜਿਹੜੀ ਉਹ ਇਹਨਾਂ ਨੂੰ ਤੁਸੀਂ ਕਿਹੜੀ ਕੰਪਨੀ ਦੀ ਦਿੰਦੇ ਹੋ, ਇਹ ਅਤੇ ਕਿੰਨੇ ਸਮੇਂ ਵਿੱਚ ਰਿਪੀਟ ਕਰਦੇ ਉਹਨੂੰ ਦਿਨ ਵਿੱਚ? ਅਸੀਂ ਜੀ ਇਹਨਾਂ ਨੂੰ ਗੋਦਰੇ ਦੀ ਫੀਡ ਵਰਤ ਰਹੇ ਜੀ, ਅਤੇ ਬਾਕੀ ਪਹਿਲਾਂ ਤਾਂ ਜੀ ਇਹਨਾਂ ਨੂੰ ਸਟਾਰਟਿੰਗ ਦਾ ਜੀ ਸਟਾਰਟਰ ਪਾਉਂਦੇ ਜੀ ਅਸੀਂ, ਫਿਰ ਉਹਦਾ ਪ੍ਰੀ ਸਟਾਰਟਰ ਜੀ, ਫਿਰ ਕ੍ਰਮ ਜੇ ਆਪਾਂ ਨੇ ਆਂਡਿਆਂ ਵਾਸਤੇ ਲਿਜਾਣਾ ਜੀ ਤਾਂ ਕ੍ਰਮ 'ਚ ਇੱਕ ਪੈਂਦੀ ਹੈ ਜੀ, ਨਹੀਂ ਉਦੋਂ ਬਾਅਦ ਆਪਾਂ ਨੇ ਮੀਟ ਵਾਸਤੇ ਇਹਨੂੰ ਤਿਆਰ ਕਰਨਾ ਤਾਂ ਇਹਨੂੰ ਆਪਾਂ ਗਰੋਵਰ ਵੀ ਪਾ ਸਕਦੇ ਹਾਂ ਜੀ ਉਦੋਂ ਬਾਅਦ ਬਲੈਲਰ ਜੀ। ਹਾਂਜੀ ਇਹ ਦੋਹਾਂ ਵਾਸਤੇ ਚੂਚਾ ਰੱਖ ਸਕਦੇ ਜੀ ਆਪਾਂ, ਇਹਨੂੰ ਆਂਡਿਆਂ ਵਾਸਤੇ ਵੀ ਵਰਤ ਰੱਖ ਸਕਦੇ ਹਾਂ, ਅਤੇ ਜੇ ਆਪਾਂ ਚਿਕਨ ਵਾਸਤੇ ਇਹਨੂੰ ਤਿਆਰ ਕਰਨਾ ਤਾਂ ਆਪਾਂ ਚਿਕਨ ਵਾਸਤੇ ਵੀ ਇਹਨੂੰ ਤਿਆਰ ਕਰ ਸਕਦੇ ਹਾਂ, ਅਤੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਹਨੂੰ ਤਿਆਰ ਕਰਨ 'ਚ। ਬਾਕੀ ਹਾਂ ਪਾਣੀ 2 ਟਾਈਮ ਇਹਨਾਂ ਨੂੰ ਪਾਣੀ ਪਾਉਂਦੇ ਹਾਂ ਜੀ ਅਸੀਂ, ਗਰਮੀ ਦੇ ਵਿੱਚ 3 ਟਾਈਮ ਪਾਣੀ ਪਾ ਦਿੰਦੇ ਹੈਗੇ, ਚੇਂਜ ਕਰ ਦਿੰਦੇ ਹੈਗੇ, ਅਤੇ ਫੀਡ ਅਸੀਂ ਇਹਨੂੰ 2 ਟਾਈਮ ਪਾਉਂਦੇ ਜੀ, ਸਵੇਰੇ ਅਤੇ ਸ਼ਾਮ ਨੂੰ ਜੀ। ਅਤੇ ਆਪਣੇ ਕੋਲ ਚੂਜੇ ਦੀ ਕਿਹੜੀ ਕਿਸਮ ਹੈ, ਇਹ ਡਬਲ ਐਫ ਜੀ ਜਾਂ RIR ਹੈ? ਇਹ ਚੂਜੇ ਡਬਲ ਐਫ ਜੀ ਨੇ ਜੀ ਹੁਣ ਇਸ ਟਾਈਮ ਜੀ। ਕਿੰਨੇ ਸਮੇਂ 'ਚ ਇਹ ਤਿਆਰ ਹੋ ਜੂਗਾ ਮੀਟ ਵਾਸਤੇ ਜੇ ਤਿਆਰ ਕਰਨਾ ਹੋਵੇ?
ਇਹ ਮੀਟ ਵਾਸਤੇ 2 ਮਹੀਨੇ ਤਿਆਰ ਹੋ ਜਾਏਗਾ ਜੀ, 2 ਕਿਲੋ ਬੋਡੀ ਵੇਟ ਹੋ ਜਾਊਗਾ ਜੀ ਜੇ ਆਪਾਂ ਮੀਟ ਵਾਸਤੇ ਨੂੰ ਤਿਆਰ ਕਰਨਾ ਹੋਵੇ। ਹਾਂਜੀ, ਇਸ ਤੋਂ ਵੱਧ ਵੀ ਬੋਡੀ ਵੇਟ ਹੋ ਸਕਦਾ ਗਾ? ਹਾਂਜੀ, ਇਹਦਾ ਉਦੋਂ ਬਾਅਦ ਜੀ 3.5 ਕਿਲੋ ਆਮ ਵੇਟ ਹੋ ਜਾਂਦਾ ਜੀ 3 ਮਹੀਨੇ ਜੀ, ਅਤੇ ਜੇ ਆਪਾਂ ਇਹਨੂੰ ਤਿਆਰ ਕਰੀਏ ਜੀ ਇਹ 5 ਕਿਲੋ ਤੱਕ ਬੋਡੀ ਵੇਟ ਹੋ ਜਾਂਦਾ ਜੀ ਇਹਨੂੰ। ਉਹ ਵਧੀਆ ਤਿਆਰ ਹੋਏ ਮੁਰਗੇ ਦੀ ਗੱਲ ਕਰੀਏ, ਮਤਲਬ ਕਿ 4-5 ਕਿਲੋ ਦਾ ਹੋ ਜਾਂਦਾ ਹੋਊਗਾ, ਉਹਦੀ ਕੀ ਕੀਮਤ ਲੱਗ ਜਾਂਦੀ ਫਿਰ? ਜੇ ਆਪਾਂ ਵੇਟ ਦੇ ਹਿਸਾਬ ਨਾਲ ਇਕੱਠਾ ਮਾਰਕੀਟ 'ਚ ਕਹੀਏ ਜੀ, ਉਹ ਜੋ ਮਾਰਕੀਟ ਰੇਟ ਹੋਊਗਾ ਜੀ ਉਸ ਹਿਸਾਬ ਨਾਲ ਇਹਨੂੰ ਅਸੀਂ ਸੇਲ ਕਰ ਦਿੰਦੇ ਜੀ। ਹਾਂਜੀ, ਅਤੇ ਬਾਕੀ ਅੱਡ ਅੱਡ ਰੇਟ ਨੇ ਜੀ, ਮਾਰਕੀਟ ਦਾ ਰੇਟ ਵੱਧਦਾ ਘੱਟਦਾ ਰਹਿੰਦਾ, ਕਦੇ ਵੱਧ ਹੁੰਦਾ ਜੀ ਕਦੇ ਘੱਟ ਹੁੰਦਾ ਗਾ, ਕੋਈ ਇਹਦਾ ਫਿਕਸ ਰੇਟ ਨਹੀਂ ਹੁੰਦਾ ਜੀ। ਤੁਹਾਨੂੰ ਕਾਫੀ ਸਮਾਂ ਹੋ ਗਿਆ ਕੰਮ ਕਰਦੇ ਨੇ, ਕੋਈ ਘਾਟਾ ਤਾਂ ਨਹੀਂ ਆਇਆ ਕਦੇ ਪੋਲਟਰੀ ਦੇ ਵਿੱਚ? ਨਹੀਂ, ਕੋਈ ਘਾਟਾ ਨਹੀਂ ਆਇਆ ਜੀ, ਵਧੀਆ ਜੀ। ਦੇਖੋ ਜੇ ਕਈ ਵਾਰ ਇੱਕ ਲਾਟ 'ਚੋਂ ਜੀ ਆਪਾਂ ਨੂੰ ਕੋਈ ਲੌਸ ਹੋ ਜੂਗਾ ਜੀ, ਨਹੀਂ ਕੋਈ ਪ੍ਰੋਫਿਟ ਹੋਊਗਾ, ਜ਼ਿਆਦਾ ਲੌਸ ਤਾਂ ਜ਼ਿਆਦਾ ਹੁੰਦਾ ਨਹੀਂ, ਨਹੀਂ ਪ੍ਰੋਫਿਟ ਹੋਊਗਾ ਜੀ ਤਾਂ ਉਹੀ ਦੂਜੇ ਲਾਟ ਦੇ ਵਿੱਚ ਪ੍ਰੋਫਿਟ ਵਧੀਆ ਹੁੰਦਾ ਜੀ। ਹਾਂ, ਇਹ ਕਈ ਵਾਰ ਕੋਈ ਦਿੱਕਤ ਆ, ਜਿਵੇਂ ਪਹਿਲਾਂ ਲੋਕਡਾਊਨ ਆ ਗਿਆ ਸੀਗਾ ਜੀ, ਅਤੇ ਕੋਈ ਬਿਮਾਰੀ ਕਹਿ ਦਿੰਦੇ ਆਪਾਂ, ਚਲੋ ਉਹਦੇ ਕਰਕੇ ਕੋਈ ਮਾੜਾ ਮੋਟਾ ਫਰਕ ਪੈ ਜੇ ਇੱਕ ਲਾਟ 'ਚ, ਉਹ ਦਿੱਕਤ ਆ ਜਾਂਦੀ ਆ, ਅਤੇ ਨਹੀਂ ਕੋਈ ਦਿੱਕਤ ਨਹੀਂ। ਬਾਕੀ ਜੇ ਕਿਸੇ ਨੇ ਕੰਮ ਕਰਨਾ ਵੀ ਆ, ਉਹ ਪਹਿਲਾਂ ਸਟਾਰਟਿੰਗ ਜੀ ਘੱਟ ਚੂਚਿਆਂ ਤੋਂ ਕੰਮ ਸ਼ੁਰੂ ਕਰੇ ਜੀ, ਆ ਉਹਨੂੰ ਨਾਲ ਤਾਂ ਜਾਣਕਾਰੀ ਆਉਂਦੀ ਆ ਜੀ, ਦੇਖ ਰੇਖ ਰੱਖਣੀ ਆਉਂਦੀ ਆ, ਬਾਕੀ ਉਹਨੂੰ ਤਜਰਬਾ ਆਉਂਦਾ ਜੀ ਕੰਮ ਕਰਨ ਦਾ। ਕਿੰਨੇ ਵੀ ਚੂਚਿਆਂ ਤੋਂ ਉਹ ਸਟਾਰਟ ਕਰ ਸਕਦਾ ਫਿਰ ਬਾਈ? ਉਹ 100 ਪਾ ਲਓ ਜੀ, ਜੇ ਕਿਸੇ ਲਵੇ ਵਧੀਆ ਕੋਈ ਫਾਰਮ ਆ ਜੀ, ਕੋਈ ਤਜਰਬਾ ਹੈਗਾ ਗਾ, 200-500 ਜਿੰਨਾ ਵੀ ਪਾ ਸਕਦਾ ਜੀ। ਹਾਂਜੀ, ਨਹੀਂ ਮੈਂ ਤਾਂ ਇਹ ਕਹਿੰਦਾ ਜੀ ਪਹਿਲਾਂ 100 ਚੂਚੇ ਤੋਂ ਜਿਹਨੇ ਘਰੇ ਰੱਖਣਾ ਗਾ, 100 ਚੂਚੇ ਤੋਂ ਕੰਮ ਸਟਾਰਟ ਕਰਕੇ ਆਪਦਾ ਪਹਿਲਾਂ ਘਰੇ ਰੱਖ ਕੇ ਕੰਮ ਸਟਾਰਟ ਕਰੇ ਜੀ। ਤੁਹਾਡੇ ਤੋਂ ਟ੍ਰੇਨਿੰਗ ਵੀ ਲੈ ਸਕਦੇ ਆ ਵੀਰ? ਹਾਂ, ਕੋਈ ਗੱਲ ਨਹੀਂ, ਜਦ ਮਰਜ਼ੀ ਉਰੇ ਸਾਡੇ ਫਾਰਮ ਦੇ ਵੀ ਪਹੁੰਚ ਸਕਦੇ ਨੇ ਜੀ, ਅਤੇ ਜੇ ਦੂਰ ਦਾ ਕੋਈ ਬੰਦਾ ਕੋਈ ਏਰੀਏ ਦਾ ਜੀ ਸਾਥੋਂ, ਉਹ ਫੋਨ 'ਤੇ ਵੀ ਸਾਥੋਂ ਜਾਣਕਾਰੀ ਲੈ ਸਕਦਾ, ਕੋਈ ਦਿੱਕਤ ਨਹੀਂ ਜੀ। ਟੱਚ 'ਚ ਰਹਿ ਸਕਦਾ ਤੁਹਾਡੇ? ਹਾਂ, ਟੱਚ 'ਚ ਰਹਿ ਸਕਦਾ ਤੁਹਾਡੇ ਜੀ, ਕੋਈ ਦਿੱਕਤ ਨਹੀਂ, ਸਾਰੀ ਜਾਣਕਾਰੀ ਦੇਵਾਂਗੇ ਜੀ, ਕੋਈ ਦਵਾਈਆਂ ਦੀ ਹੋਈ, ਫੀਡ ਦੀ ਹੋਈ, ਔਰ ਅੱਗੇ ਜੇ ਸੇਲ ਕਰਨਾ ਹੋਇਆ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਪੂਰੀ ਦੇਵਾਂਗੇ, ਚਾਹੇ ਆਪਣੇ ਤੋਂ ਬੱਚਾ ਗਿਆ ਚਾਹੇ ਨਹੀਂ ਗਿਆ, ਆਪਾਂ ਉਹਦੇ ਸੇਲ ਕਰਨ 'ਚ ਪੂਰੀ ਹੈਲਪ ਕਰਾਂਗੇ ਜੀ। ਹੁਣ ਆਪਾਂ ਇਹਦੀ ਗੱਲ ਕਰੀਏ ਬਾਈ ਜੀ, ਜਿਹੜੀ ਆਪਾਂ ਇਹਨਾਂ ਨੂੰ ਦਵਾਈ ਦਿੰਦੇ ਹਾਂਗੇ, ਟ੍ਰੀਟਮੈਂਟ ਜੋ ਵੀ ਦਿੰਦੇ ਹਾਂ, ਉਹ ਕਿੰਨੇ ਦਿਨਾਂ ਬਾਅਦ ਆਪਾਂ ਰਿਪੀਟ ਕਰਦੇ ਹਾਂ? ਇਹਦਾ ਜੋ ਵੀ ਟ੍ਰੀਟਮੈਂਟ ਆ ਜੀ, ਆਪਾਂ 5 ਦਿਨ ਲਗਾਤਾਰ ਦੇ ਕੇ ਜੀ, ਉਦੋਂ ਬਾਅਦ ਜੀ ਆਪਾਂ ਇਹਨੂੰ 15 ਦਿਨਾਂ ਬਾਅਦ ਦੁਬਾਰੇ ਟ੍ਰੀਟਮੈਂਟ ਇਹਦਾ ਦੇ ਸਕਦੇ ਜੀ। ਦੁਬਾਰਾ ਤਾਂ ਇਹੀ ਹੁੰਦਾ ਜੀ, ਆਪਣਾ ਲੀਵਰ ਟੋਨਿਕ ਹੋ ਗਿਆ, ਕੈਲਸ਼ੀਅਮ ਹੋ ਗਿਆ, ਮਲਟੀ ਵਿਟਾਮਿਨ ਜੀ, ਅਤੇ ਐਂਟੀਬਾਇਟਿਕ ਇਹ ਦੇ ਸਕਦੇ ਜੀ। ਬਾਕੀ ਵੈਕਸੀਨ ਇਹਦੀ 7ਵੇਂ ਅਤੇ 14ਵੇਂ ਦਿਨ ਹੁੰਦੀ ਹੈ ਜੀ। ਹਾਂਜੀ, ਜੇ ਕੋਈ ਬਾਕੀ ਦਿੱਕਤ ਆਉਂਦੀਆਂ, ਕੋਈ ਬਿਮਾਰੀ ਆਉਂਦੀ ਆ, ਤਾਂ ਉਹਦੀ ਆਪਾਂ ਉਸ ਹਿਸਾਬ ਨਾਲ ਜਿਵੇਂ ਦਿੱਕਤ ਆਉਂਦੀ ਆਪਾਂ ਇਹਨੂੰ ਦੱਸ ਸਕਦੇ ਹਾਂ ਜੀ, ਕੋਈ ਵੀ ਦਿੱਕਤ ਆਉਂਦੀ ਹੈ ਜੀ। ਬੈਨੀਪਾਲ ਸਾਹਿਬ, ਜੇ ਆਪਾਂ ਗੱਲ ਕਰੀਏ ਇਸ ਚੂਜੇ ਦੀ, ਇਹਨੂੰ ਆਪਾਂ ਕਿਹੜੇ ਮਹੀਨੇ ਵਿੱਚ ਪਾ ਸਕਦੇ ਹਾਂਗੇ? ਦੇਖੋ, ਇਹ ਚੂਜਾ ਪਾਉਣ ਦਾ ਜੀ ਸਹੀ ਟਾਈਮ ਜੀ ਆਪਾਂ 2 ਮਹੀਨੇ ਤੋਂ ਲੈ ਕੇ, ਫਰਵਰੀ ਤੋਂ ਲੈ ਕੇ 10ਵੇਂ ਮਹੀਨੇ ਤੱਕ ਆਪਾਂ ਚੂਜਾ ਪਾ ਸਕਦੇ ਹਾਂ ਜੀ। ਨਾਲ ਤਾਂ ਮੌਸਮ ਠੀਕ ਰਹਿੰਦਾ ਜੀ, ਗਰਮੀ ਹੁੰਦੀ ਆ ਜੀ, ਉਹਦੇ ਵਿੱਚ ਨਵਾਂ ਬੰਦਾ ਚੂਜਾ ਵੀ ਤਿਆਰ ਕਰ ਸਕਦਾ ਜੀ ਇਹਨੂੰ। ਜਿਵੇਂ ਸਿਆਲ ਦੇ ਵਿੱਚ ਨਵੇਂ ਬੰਦੇ ਤੋਂ ਜੀ ਠੰਡ ਜ਼ਿਆਦਾ ਹੁੰਦੀ ਆ, ਪੱਠੀਆਂ ਵਗੈਰਾ ਨਹੀਂ ਕੋਈ ਲਾਉਂਦਾ ਹੈਗਾ, ਘਰੇ ਆ ਥੋੜ੍ਹਾ ਜਿਹਾ ਪ੍ਰੋਗਰਾਮ ਵਾਲਾ ਰੱਖਦਾ, ਉਹ 'ਚ ਦਿੱਕਤ ਜ਼ਿਆਦਾ ਆਉਂਦੀ ਹੈ ਜੀ। ਇਹ 2ਮਹੀਨੇ ਤੋਂ 10ਵੇਂ ਮਹੀਨੇ ਤੱਕ ਸਹੀ ਟਾਈਮ ਆ ਜੀ ਚੂਜਾ ਪਾਉਣ ਦਾ ਜੀ। ਬਹੁਤ ਸਮਾਂ ਹੈਗਾ, ਕਾਫੀ ਸਮਾਂ? ਹਾਂ, ਕਾਫੀ ਸਮਾਂ ਜੀ, ਅਤੇ ਉਦੋਂ ਬਾਅਦ ਵੀ ਦਸੰਬਰ ਦੇ ਮਹੀਨੇ ਜਾ ਕੇ ਅੱਗੇ ਠੰਡ ਵੱਧ ਜਾਂਦੀ ਹੈ ਜੀ, ਅਤੇ ਨਾਲੇ ਜਿਹੜਾ ਆਪਾਂ ਹੁਣ ਇਹ ਟਾਈਮ 'ਚ ਪਾਵਾਂਗੇ, ਆਪਣਾ ਸਿਆਲ ਦੇ ਵਿੱਚ ਤਿਆਰ ਹੋ ਜਾਏਗਾ ਜੀ। ਸਿਆਲ ਦੇ ਵਿੱਚ ਤਿਆਰ ਹੋਊਗਾ ਤਾਂ ਆਪਣਾ ਵਧੀਆ ਰੇਟ ਦੇ ਵਿੱਚ, ਜੇ ਆਪਾਂ ਐੱਗ ਵਾਸਤੇ ਤਿਆਰ ਕਰਦੇ ਤਾਂ ਐੱਗ ਵੀ ਵਧੀਆ ਸੇਲ ਹੁੰਦਾ ਗਾ, ਜੇ ਆਪਾਂ ਚਿਕਨ ਵਾਸਤੇ ਤਿਆਰ ਕਰਦੇ ਹਾਂ ਤਾਂ ਸਿਆਲ ਦੇ ਵਿੱਚ ਚਿਕਨ ਵੀ ਵਧੀਆ ਰੇਟ 'ਤੇ ਆਪਣਾ ਸੇਲ ਹੋ ਜਾਂਦਾ ਗਾ। ਅੰਡਾ ਕੀ ਰੇਟ ਹੁੰਦਾ ਬਾਈ ਜੀ? ਅੰਡਾ ਇਹਦਾ ਜੀ 10-12 ਰੁਪਏ ਜੀ ਅੰਡਾ ਨੋਰਮਲੀ ਵਿਕੀ ਜਾਂਦਾ ਜੀ। ਇਹਦਾ ਇਹ ਹੋਲਸੇਲ ਰੇਟ ਆ ਜਾਂ ਰਿਟੇਲ ਆ? ਨਹੀਂ, ਹੋਲਸੇਲ ਰੇਟ 'ਤੇ ਜੀ 8-10 ਰੁਪਏ ਵਿਕੀ ਜਾਂਦਾ ਜੀ, ਰਿਟੇਲ 'ਤੇ ਜੇ ਆਪਾਂ ਵੇਚੀਏ ਤਾਂ 12-15 ਰੁਪਏ ਵੀ ਆਮ ਵਿਕੀ ਜਾਂਦਾ, ਬਾਕੀ ਆਪਦੇ ਆਪਦੇ ਏਰੀਏ ਦਾ ਹੁੰਦਾ ਜੀ, ਕਿਤੇ 20 ਰੁਪਏ ਵੀ ਵਿਕ ਰਿਹਾ ਜੀ ਦੇਸੀ ਦਾ ਅੰਡਾ। ਹਾਂਜੀ, ਉਹ ਰੇਟ ਦਾ ਜਿਵੇਂ ਆਪਣਾ ਡਿਮਾਂਡ ਆ ਜੀ, ਕਿਸੇ ਦੀ ਮਾਰਕੀਟ ਹੈਗੀ ਉਸ ਹਿਸਾਬ ਨਾਲ ਵਿਕੀ ਜਾਂਦਾ ਜੀ। ਬੈਨੀਪਾਲ ਸਾਹਿਬ, ਜੇ ਆਪਾਂ ਇਹਦੀ ਗੱਲ ਕਰੀਏ ਕਿ ਆਂਡੇ ਦੇਣ ਵਾਸਤੇ ਚੂਜਾ ਕਿੰਨੇ ਕੁ ਸਮੇਂ ਦੇ ਵਿੱਚ ਤਿਆਰ ਹੋ ਜਾਂਦਾ, ਕਿੰਨੇ ਸਮੇਂ ਬਾਅਦ ਆਂਡਾ ਦੇਣ ਲੱਗ ਜਾਂਦਾ ਗਾ? ਆਂਡੇ ਦੇਣ ਵਾਸਤੇ ਜੀ ਇਹ ਅੱਡ ਅੱਡ ਕਿਸਮਾਂ ਦਾ ਜੀ, ਜਿਵੇਂ ਡਬਲ ਐਫ ਜੀ ਦਾ ਅੱਡਾ ਟਾਈਮ ਆ ਜੀ, ਕੜਕਨਾਥ ਦਾ ਅੱਡਾ ਗਾ, ਅਤੇ ਆਰ ਆਈ ਆਰ ਦਾ ਅੱਡਾ ਟਾਈਮ ਆ ਜੀ। ਜਿਵੇਂ ਡਬਲ ਐਫ ਜੀ 4 ਮਹੀਨਿਆਂ ਦੇ ਵਿੱਚ ਆਂਡੇ 'ਤੇ ਆਉਂਦਾ ਜੀ। ਹਾਂਜੀ ਜੀ, ਅਤੇ ਆਰ ਆਈ ਆਰ 4.5 ਮਹੀਨੇ 'ਤੇ ਆਉਂਦਾ ਜੀ, ਕੜਕਨਾਥ 6 ਮਹੀਨਿਆਂ 'ਚ ਜਾ ਕੇ ਤਿਆਰ ਹੁੰਦਾ ਜੀ ਆਂਡਿਆਂ 'ਤੇ, ਜੇ ਆਪਾਂ ਉਹਦੀ ਵਧੀਆ ਕੇਅਰ ਕਰੀਏ ਜੀ, ਆਪਾਂ ਫੀਡ 'ਤੇ ਤਿਆਰ ਕਰੀਏ ਉਹਨੂੰ, ਅਤੇ ਵਧੀਆ ਕੇਅਰ ਕਰੀਏ ਉਹਦੀ, ਟਾਈਮ ਮੈਨੇਜਮੈਂਟ ਉਹਦਾ ਸਹੀ ਰੱਖੀਏ, ਤਾਂ ਇੰਨੇ ਸਮੇਂ ਦੇ ਵਿੱਚ ਮੁਰਗੀ ਆਂਡੇ 'ਤੇ ਆਉਂਦੀ ਹੈ ਜੀ। ਸਹੀ, ਆਪਾਂ ਚੂਜੇ ਕਿਹੜੀਆਂ ਕਿਹੜੀਆਂ ਕਿਸਮਾਂ ਦੇ ਵੇਚਦੇ ਹਾਂ ਫਿਰ ਹੁਣ? ਇਹ ਆਪਾਂ ਜੀ ਆਰ ਆਈ ਆਰ ਆ, ਡਬਲ ਐਫ ਜੀ ਦੇ ਕੜਕਨਾ ਜੀ, ਮਤਲਬ 3 ਕਿਸਮਾਂ ਦੇ ਚੂਜਾ ਮਿਲ ਜਾਂਦੇ ਜੀ। ਬੈਨੀਪਾਲ ਸਾਹਿਬ, ਕਈ ਵੀਰ ਦੂਰ ਦੇ ਹੁੰਦੇ ਨੇ, ਉੱਥੇ ਤੱਕ ਆਪਾਂ ਪਹੁੰਚ ਕਰ ਦਾਂਗੇ? ਹਾਂ, ਪਹੁੰਚ ਕਰ ਦਾਂਗੇ ਜੀ ਆਪਾਂ, ਜੇ ਕੁਆਂਟਿਟੀ ਦੇ ਹਿਸਾਬ ਨਾਲ ਕੋਈ ਲਊਗਾ ਜੀ ਤਾਂ ਆਪਾਂ ਉੱਥੇ ਪਹੁੰਚ ਕਰ ਦਾਂਗੇ ਜੀ, ਕਿਉਂਕਿ
ਕੁਆਂਟੀਟੀ ਦੇ ਹਿਸਾਬ ਨਾਲ ਆਇਆ ਹੁੰਦਾ ਜੀ, ਅਤੇ ਆਪਾਂ ਨੂੰ ਵੀ ਪ੍ਰੋਫਿਟ ਹੋ ਜਾਂਦਾ ਜੀ, ਅਤੇ ਅਗਲੇ ਨੂੰ ਅੱਗੇ ਜਦੋਂ ਆਪਾਂ ਭੇਜਦੇ ਹਾਂ ਉਹਨੂੰ ਪਹੁੰਚ ਵੀ ਅਗਲੇ ਨੂੰ ਸਸਤੀ ਪੈ ਜਾਂਦੀ ਜੀ। ਹਾਂਜੀ, ਆਪਾਂ ਚੂਜੇ ਦੇ ਰੇਟ ਦੀ ਗੱਲ ਕਰੀਏ ਬਾਈ ਜੀ, ਚੂਜਾ ਕੀ ਰੇਟ ਵਿਕ ਰਿਹਾ ਅੱਜ? ਇਹ ਅੱਡਾ ਜੇ ਦੇਖੋ ਜੀ, ਮਾਰਕੀਟ ਰੇਟ ਹੁੰਦਾ ਜੀ, ਹੁਣ ਤਾਂ ਅੱਜ ਚੂਚੇ ਦਾ ਰੇਟ ਜੀ 35 ਰੁਪਏ ਰੇਟ ਆ ਜੀ ਚੂਚੇ ਦਾ ਜੀ, ਡਬਲ ਐਫ ਜੀ ਦਾ ਜੀ। ਹਾਂ, ਰੇਟ ਵੱਧਦਾ ਘਟਦਾ ਰਹਿੰਦਾ, ਉਹ ਜਿਵੇਂ ਮਾਰਕੀਟ ਰੇਟ ਹੁੰਦਾ ਜੀ ਉਸ ਹਿਸਾਬ ਨਾਲ ਚੂਚੇ ਦਾ ਰੇਟ ਹੁੰਦਾ ਜੀ, ਕੋਈ ਦਾ ਫਿਕਸ ਰੇਟ ਨਹੀਂ ਹੁੰਦਾ, ਚੂਚੇ ਦਾ ਵੱਧ ਵੀ ਸਕਦਾ ਅਤੇ ਘੱਟ ਵੀ ਸਕਦਾ ਜੀ। ਹਾਂਜੀ, ਲਓ ਜੀ ਕਿਸਾਨ ਭਰਾਵੋ, ਜੇ ਤੁਸੀਂ ਬਾਈ ਜੀ ਕੋਲੋਂ ਚੂਜੇ ਖਰੀਦਣਾ ਚਾਹੁੰਦੇ ਹੋ, ਜਿਹੜੀ ਮਰਜ਼ੀ ਕਿਸਮ ਹੈ, ਤੁਸੀਂ ਬਾਈ ਜੀ ਦੇ ਪਾਸੋਂ ਖਰੀਦ ਸਕਦੇ ਹੋ, ਜਾਣਕਾਰੀ ਵੀ ਬਾਈ ਦੇ ਪਾਸੋਂ ਲੈ ਸਕਦੇ ਹਾਂ। ਅਤੇ ਅਖੀਰ ਦੇ ਵਿੱਚ ਬਾਈ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਆਏ ਅਤੇ ਬਹੁਤ ਸਾਰੀ ਚੰਗੀ ਜਾਣਕਾਰੀ ਹੈ ਜਿਹੜੀ ਉਹ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ, ਧੰਨਵਾਦ ਕਰਦੇ ਹਾਂ। ਧੰਨਵਾਦ ਵੀਰ ਜੀ, ਤੁਹਾਡਾ ਵੀ, ਤੁਸੀਂ ਸਾਡੇ ਫਾਰਮ 'ਤੇ ਦੂਜੀ ਵਾਰ ਪਹੁੰਚੇ, ਤੁਹਾਡੇ ਵੀਡੀਓ ਦੇ ਜ਼ਰੀਏ ਜੀ ਸਾਨੂੰ ਲੋਕਾਂ ਲਵੇ ਸਾਡੀ ਜਾਣਕਾਰੀ ਗਈ ਜੀ, ਸਾਡੇ ਫਾਰਮ ਦਾ ਡਿਟੇਲ ਗਈ ਜੀ, ਅਤੇ ਵਧੀਆ ਸਾਨੂੰ ਪਿਛਲੀ ਵੀਡੀਓ 'ਚ ਸਾਨੂੰ ਜੀ ਬਹੁਤ ਵਧੀਆ ਫਾਇਦਾ ਹੋਇਆ ਜੀ ਸਾਡੀ ਵੀਡੀਓ ਬਣਾਈ ਦਾ ਜੀ, ਸ਼ੁਕਰੀਆ ਜੀ। ਲਓ ਜੀ ਕਿਸਾਨ ਭਰਾਵੋ, ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਤੁਸੀਂ ਇਸ ਫਾਰਮ ਦੀ ਮੈਨੇਜਮੈਂਟ ਨੂੰ ਜਾਣਨਾ ਚਾਹੁੰਦੇ ਹੋ ਅਤੇ ਵੀਰ ਦੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਹੈ, ਉਹਦਾ ਆਪਾਂ ਲਿੰਕ ਹੈ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਹੇ ਹਾਂ, ਉੱਥੋਂ ਤੁਸੀਂ ਇਹ ਵੀਡੀਓ ਹੈ ਜਿਹੜੀ ਉਹ ਦੇਖ ਸਕਦੇ ਹੋ। ਜਿਹੜੇ ਵੀਰਾਂ ਨੇ ਚੂਜੇ ਖਰੀਦਣੇ ਨੇ ਬਾਈ ਦੇ ਪਾਸੋਂ ਖਰੀਦ ਸਕਦੇ ਹੋ, ਇਹ ਕੰਟੈਕਟ ਨੰਬਰ ਹੈ ਜਿਹੜੇ ਉਹ ਆਪਾਂ ਸਕਰੀਨ ਦੇ ਉੱਪਰ ਬਾਈ ਜੀਆਂ ਦੇ ਦੇ ਰਹੇ ਹਾਂ। ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ, ਧੰਨਵਾਦ।